ਕੁਛ ਦੇਰ ਦੇ ਵਿੱਚ ਹੁਣ ਸ਼ੀਤਾਂ ਨੂੰ ਸ਼ਰਧਾਂਜਲੀ ਭੇਟ ਦਿੱਤੀ ਜਾਣੀ ਹੈ ਜਿਹਨਾਂ ਤੁਹਾਡੇ ਸਾਹਮਣੇ ਨੇ ਮੋਮਬੱਤੀਆਂ ਜਗਾ ਕੇ ਜੋ ਹੈ ਮ੍ਰਿਤਕਾਂ ਦੀ ਗਿਣਤੀ ਸੀ ਇਹਨਾਂ ਪਰਿਵਾਰਾਂ ਦਾ ਇਹ ਵੀ ਦੋਸ਼ ਹੈ ਕਿ ਮ੍ਰਿਤਕਾਂ ਦੀ ਗਿਣਤੀ ਜ਼ਿਆਦਾ ਸੀ ਪਰ ਸਰਕਾਰ ਵੱਲੋਂ ਘੱਟ ਦਰਸਾਈ ਗਈ ਔਰ ਕਾਫੀ ਲੋਕ ਜਿਹੜੇ ਨੇ ਜਿਹਨਾਂ ਨੂੰ ਅਜੇ ਤੱਕ ਕੋਈ ਸਰਕਾਰੀ ਮੁਆਵਜ਼ਾ ਵੀ ਨਹੀਂ ਮਿਲਿਆ ਮੰਗਾਂ ਤਾਂ ਪੂਰੀਆਂ ਹੋਣ ਦੂਰ ਗੱਲ ਹੈ ਜੋ ਵਾਅਦੇ ਕੀਤੇ ਗਏ ਸੀ ਉਹ ਪੂਰੇ ਹੋਣੇ ਦੂਰ ਦੀ ਗੱਲ ਹੈ ਪਰ ਕਾਫੀ ਪਰਿਵਾਰ ਅਜਿਹੇ ਵੀ ਨੇ ਜਿਹਨਾਂ ਦੇ ਮ੍ਰਿਤਕਾਂ ਦਾ ਜਿਹਨਾਂ ਦੇ ਪਰਿਵਾਰਕ ਜੀ ਜੋ ਮਰੇ ਸਨ ਉਹਨਾਂ ਦਾ ਨਾਮ ਜਿਹੜਾ ਮ੍ਰਿਤਕਾਂ ਦੀ ਲਿਸਟ ਵਿੱਚ ਨਹੀਂ ਪਾਇਆ ਗਿਆ ਜਿਸਦੇ ਚੱਲਦੇ ਉਹ ਸਰਕਾਰੀ ਮੁਆਵਜ਼ਾ ਲੈਣ ਤੋਂ ਸਰੋਤ ਨਹੀਂ ਰਹੇ ਤਾਂ ਕੋਈ ਹੱਲ ਨਹੀਂ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਗੁਜ਼ਾਰਾ ਚਲਾਉਣ ਦੇ ਲਈ ਕੋਈ ਮਦਦ ਜਿਹੜੀ ਹੈ ਉਹ ਸਰਕਾਰ ਵੱਲੋਂ ਨਹੀਂ ਮਿਲਦੀ ਔਰ ਲਗਾਤਾਰ ਉਹਨਾਂ ਨੂੰ ਨਹੀਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਉਹਨਾਂ ਨੂੰ ਬਣਦਾ ਮੁਆਵਜ਼ਾ ਦੇਵੇ ਉਹਨਾਂ ਵੱਲੋਂ ਨਾਲ ਕੀਤੇ ਵਾਅਦੇ ਜਿਹੜੇ ਆ ਉਹ ਪੂਰੇ ਕੀਤੇ ਜਾਣ ਤਾਂ ਸੂਰਤ ਸਾਡੇ ਸਾਹਮਣੇ ਬਹੁਤ ਵੱਡੀ ਗਿਣਤੀ ਦੇ ਵਿੱਚ ਬਹਾਦਰ ਤੋਂ ਲੈ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾ ਰਹੀ ਹੈ ਜਿੱਥੇ ਮ੍ਰਿਤਕਾਂ ਨੂੰ ਯਾਦ ਕੀਤਾ ਜਾ ਰਿਹਾ ਉੱਥੇ ਮੰਗਾਂ ਨੇ ਉਸ ਨੂੰ ਮਨਾਉਣ ਦੇ ਲਈ ਆਵਾਜ਼ ਨੂੰ ਦਰਜ ਕੀਤੀ ਜਾ ਰਹੀ ਹੈ ਤਾਂ ਫਿਰ ਤੁਹਾਨੂੰ ਦੱਸਣਾ ਚਾਹਾਂਗੇ ਮਹਿਮਾਨ ਦੇ ਤੌਰ ਤੇ ਪ੍ਰੋਗਰਾਮ ਦਾ ਔਰਗਨਾਈਜ਼ ਸੀ ਪ੍ਰਬੰਧਕ ਸੀ ਸੋਨੋ ਪੂਰੇ ਇਲਾਕੇ ਦੇ ਵਿੱਚ ਕਾਫੀ ਦਿਨ ਲਗਾਤਾਰ ਪ੍ਰਚਾਰ ਕਰਕੇ ਲੋਕਾਂ ਨੂੰ ਸਿਆਉਣ ਦੇ ਲਈ ਪੱਤਰ ਦਿੱਤਾ ਗਿਆ ਸੀ ਪ੍ਰੇਰਿਤ ਕੀਤਾ ਗਿਆ ਸੀ ਔਰ ਇਹ ਸੀ ਕਿ ਜਿਸ ਕੋਵਿਡ ਕਾਰਨ ਸੋਸ਼ਲ ਨੂੰ ਪੇਸ਼ਾ ਦੇ ਵੱਧ ਖੜੇ ਦੀ ਸਮਰੱਥਾ ਨਹੀਂ ਸੀ ਉੱਥੇ ਬਾਹਰ ਦੀ ਸੂਰਤ ਨੂੰ ਲੋਕਾਂ ਦਾ ਪਤਾ ਕੀਤਾ ਗਿਆ ਔਰ ਦੇਖਿਆ ਨੂੰ ਰੇਲਵੇ ਲਾਈਨ ਤੇ ਖੜੇ ਲੋਕ ਸਾਰਾ ਸਮਾਗਮ ਦੇ ਖੜੇ ਨੂੰ ਦੂਰ ਕੀਤਾ ਗਿਆ ਸਕਰੀਨਾਂ ਵਾਲੇ ਨੂੰ ਲਗਾਇਆ ਗਿਆ ਔਰ ਲੋਕ ਜੋ ਬੜੀ ਉੱਤੇ ਲੇਖੀ ਕੀਤਾ ਹੋ ਰਿਹਾ ਹੈ ਸਵਾਗਤ ਕਰ ਰਹੇ ਹਨ ਸਮਰਾਸ਼ਾ ਇਹ ਨਹੀਂ ਕਰ ਰਿਹਾ ਬਹੁਤ ਚੁੱਕੀ ਹੈ ਅਸੀਂ ਗੱਲ ਕਰਨ ਦੀ ਗੱਲ ਕਰਦੇ ਹੋਏ ਅੱਜ
ਸਾਰੇ ਮਨਾਏ ਜਾ ਰਹੇ ਔਰ ਬੱਚੇ ਨਜ਼ਰ ਆ ਕੇ ਬੱਚਿਆਂ ਨੂੰ ਯਾਦ ਕੀਤਾ ਜਾ ਰਿਹਾ ਜਿਨ੍ਹਾਂ ਨੇ ਸਾਰੇ ਸ਼ਰਾਬ ਆਪਣੀ ਪੈਰ ਪਾਈ ਸੀ। ਬਾਂਦਰ ਨੂੰ ਜਾ ਕੇ
ਕੈਪਟਨ ਸਰਕਾਰ ਜ਼ਿੰਦਾਬਾਦ, ਕੈਪਟਨ ਸਰਕਾਰ ਜ਼ਿੰਦਾਬਾਦ, ਸਿੱਧੂ ਜੋੜਾ ਜ਼ਿੰਦਾਬਾਦ। ਇੱਕ ਲਾਈਟ ਨਹੀਂ ਯਾਰ, ਚਾਰਜ ਇਹਨੂੰ ਕਦੇ ਚਲਾਇਆ ਇੱਧਰ ਹੋਣਾ ਕੈਮਰਾ ਚਲਾਇਆ ਇੱਧਰ ਹੋ ਯਾਰ।
ਠੀਕ ਹੈ ਜਨਾਬ।